ਭੈਣ ਨੇ ਆਪਣੇ ਹੀ ਆਸ਼ਕ ਨਾਲ ਮਿਲ ਕੇ ਆਪਣੇ ਚਚੇਰੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਬੋਰੇ ਦੇ ਵਿੱਚ ਬੰਨ ਕੇ ਰਜਵਾਹੇ ਦੇ ਵਿੱਚ ਸੁੱਟ ਦਿੱਤਾ। ਪਰ ਹੁਣ ਨੌਜਵਾਨ ਦੀ ਕਾਤਲ ਉਸ ਦੀ ਚਚੇਰੀ ਭੈਣ ਅਤੇ ਉਸ ਦੇ ਆਸ਼ਕ ਨੂੰ ਪੁਲਿਸ ਨੇ ਕਾਬੂ ਕਰ ਲਿਆ। ਦੱਸਣਾ ਬਣਦਾ ਹੈ ਕਿ ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਰਣਜੀਤ ਬਾਗ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਬਰਾਮਦ ਹੋਈ ਸੀ, ਜਿਸ ਦੀ ਲਾਸ਼ ਇੱਕ ਰਜਵਾਹੇ ਵਿੱਚੋਂ ਮਿਲੀ ਸੀ, ਜਿਸ ਨੂੰ ਬੋਰੀ ਦੇ ਵਿੱਚ ਬੁਰੀ ਤਰ੍ਹਾਂ ਤੁੰਨ ਕੇ ਸੁੱਟਿਆ ਗਿਆ ਸੀ। ਤੇ ਜਦੋਂ ਰਾਹਗੀਰਾਂ ਦੀ ਨਜ਼ਰ ਇਸ ਬੋਰੇ ਤੇ ਪੈਂਦੀ ਆ ਤਾਂ ਇਸ ਬੋਰੇ ਨੂੰ ਖੋਲਿਆ ਜਾਂਦਾ ਹੈ, ਜਿਸ ਵਿੱਚੋਂ ਨੌਜਵਾਨ ਦੀ ਲਾਸ਼ ਨਿਕਲਦੀ ਹੈ, ਜਿਸ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਅਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਮਾਪਿਆਂ ਨੇ ਇਨਸਾਫ ਦੀ ਗੁਹਾਰ ਲਗਾਈ। ਪਰ ਹੁਣ ਪੁਲਿਸ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਇਸ ਮਾਮਲੇ 'ਚ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਇਹ ਦੋਵੇਂ ਇੱਕੋ ਕਾਲਜ ਦੇ ਵਿੱਚ ਪੜ੍ਹਦੇ ਸਨ। ਬੀਤੇ ਦਿਨ ਦੋਵੇਂ ਘਰ ਦੇ ਵਿੱਚ ਮਿਲ ਰਹੇ ਸਨ, ਜਿਨ੍ਹਾਂ ਨੂੰ ਰੋਹਿਤ ਕੁਮਾਰ ਨੇ ਵੇਖ ਲਿਆ, ਜਿਸਦੇ ਚਲਦੇ ਉਸਦੀ ਚਚੇਰੀ ਭੈਣ ਤੇ ਉਸਦੇ ਆਸ਼ਿਕ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਿਕ ਰੋਹਿਤ ਕੁਮਾਰ, ਜਿਸ ਦੀ ਉਮਰ ਮਹਿਜ਼ 18 ਸਾਲ ਦੀ ਸੀ, ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸਦਾ ਬੇਰਹਿਮੀ ਦੇ ਨਾਲ ਉਸਦੀ ਹੀ ਚਚੇਰੀ ਭੈਣ ਅਤੇ ਉਸਦੇ ਆਸ਼ਿਕ ਨੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਹੁਣ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। SHO ਦੀਨਾਨਗਰ ਇੰਸਪੈਕਟਰ ਮਨੋਜ ਕੁਮਾਰ ਨੂੰ ਇਤਲਾਹ ਮਿਲੀ ਸੀ ਵੀ ਪਿੰਡ ਸੀਹੋਵਾਲ ਦੇ ਸੂਏ ਦੀ ਪਟੜੀ ਤੇ ਕੋਈ ਡੈਡ ਬੋਡੀ ਪਈ ਹੈ, ਔਰ SHO ਦੀਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਇਹਨੇ ਮਰਾਜਾ ਮੌਕਾ ਕੀਤਾ, ਚੈੱਕ ਕਰਨ ਤੇ ਜਿਹੜੀ ਹੈਗੀ ਹੈ ਤਕਰੀਬਨ 18-19 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਸ ਤੋਂ ਮੌਕੇ ਤੋਂ ਮਿਲੀ ਹੈ, ਜਿਸ ਦੇ ਸਿਰ ਤੇ ਸੱਟਾਂ ਦਾ ਨਿਸ਼ਾਨ ਸੀ। ਸੋ ਮੁੱਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰਿਆ ਨਾਂ ਦੀ ਲੜਕੀ ਹੈ, ਪ੍ਰਿਆ ਪੁੱਤਰੀ ਸੁਲਵਿੰਦਰ ਸਿੰਘ, ਪਿੰਡ ਦਾਖਲਾ। ਸੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਲੜਕਾ ਬੋਬੀ ਨਾਂ ਦਾ ਲੜਕਾ ਹੈਗਾ ਪਿੰਡ ਟੋਟੀਆਂ ਦਾ, ਉਹਦੇ ਨਾਲ ਇਲਿਸਟ ਰਿਲੇਸ਼ਨ ਸੀ। ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾਂ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਣ ਸੀ ਲੜਕੇ ਦਾ, ਜਿਹੜਾ ਉਹਦਾ ਰਿਲੇਸ਼ਨ ਸੀ। ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ, ਰੋਹਿਤ ਮੌਕੇ ਤੇ ਆ ਗਿਆ ਤਾਂ ਇਸ ਚੀਜ਼ਾਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ 'ਚ ਜਿਹੜੀ ਹੈਗੀ ਹੈ ਇਹ ਇਨਸਲਟ ਦੇ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਵਾਂ ਨੇ ਲੜਕੇ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਕੈਰੀ ਕਰਕੇ ਇਹ ਸੂਬੇ ਤੇ ਆ ਕੇ ਸੁੱਟ ਦਿੱਤਾ ਸੀ। ਉੱਥੇ ਇਹਦੀ ਚੀਜ਼ ਦੀ ਸ਼ਨਾਖਤ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਇਹਨਾਂ ਜਿਹੜੇ ਪੇਰੈਂਟਸ ਨੇ ਇਸ ਚੀਜ਼ ਦੀ ਸ਼ਨਾਖਤ ਕੀਤੀ। ਇਸ ਸੰਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 134/16/9/2024, 103/233 3 Subsection 5 ਭਾਰਤੀ ਨਿਆਂ ਸੰਹਿਤਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਸੋ ਦੁਗਾਈ ਨਾਲ ਤਫਤੀਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਬੋਬੀ ਨਾਲ ਜੋ ਜਿਹੜਾ ਲੜਕਾ ਜਿਹੜਾ ਹੈਗਾ ਇਹਦੇ ਚਾਚੇ ਲੜਕਾ ਮਰਨ ਵਾਲਾ ਇਹਨੂੰ ਰੋਕਦਾ ਸੀ, ਇਸ ਚੀਜ਼ 'ਤੇ ਇਤਰਾਜ਼ ਕਰਦਾ ਸੀ ਅਤੇ ਇਸੇ ਖੁਦ ਵਿੱਚ ਇਹਨਾਂ ਨੇ ਇਹਦਾ ਮਰਡਰ ਕੀਤਾ। ਸੋ ਇਹਨਾਂ ਦੋਵਾਂ ਅਕਿਊਜ਼ ਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਗਿਆ।
ਹਾਂ ਬਿਲਕੁਲ, ਇਹ ਨਜਾਇਜ਼ ਸੰਬੰਧਾਂ ਕਰਕੇ ਹੀ ਇਹਨਾਂ ਨੇ ਆਪਸ 'ਚ ਜਿਹੜੀ ਇਹਨੂੰ ਕੁੰਦਕ ਸੀ ਉਹ ਇਹ ਚੀਜ਼ ਨੂੰ ਰੋਕਦਾ ਸੀ ਅਤੇ ਉਸ ਦਿਨ ਵੀ ਇਹਦੇ ਘਰ ਲੜਕਾ ਆਇਆ ਹੋਇਆ ਸੀ ਤਾਂ ਜਦੋਂ ਮੌਕੇ 'ਤੇ ਦੇਖਿਆ ਜਾ ਕੇ ਅਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਚ ਇਹਨਾਂ ਨੂੰ ਮਰਡਰ ਕਰ ਇਹ ਤਕਰੀਬਨ ਇਹਨਾਂ ਦੀ 18-19 ਸਾਲ ਉਮਰ ਹੈਗੀ ਹੈ ਲੜਕੇ ਮਰਨ ਵਾਲੇ ਦੀ ਵੀ ਅਤੇ ਜਿਹੜਾ ਹੈਗਾ ਦੋਨੇ ਅਕਿਊਜ਼ ਨੇ ਉਹਨਾਂ ਦੀ 18-19 ਸਾਲ ਦੀ ਤਕਰੀਬਨ ਸਰ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਲੜਕੀ ਦੇ ਘਰ ਦੀ ਨਾ ਲੜਕੇ ਦੇ ਘਰ ਦੇ ਚਾਚੇ ਜਿਹੜਾ ਮਰਿਆ ਉਹਦੇ ਘਰ 'ਚ ਕੁਝ ਨਹੀਂ ਹੈਗਾ ਜੀ ਇਸ ਵਕਤ।